हां जी स्वागत ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਜਾਮ ਸਟੱਡੀ ਵੀਦ ਜੋਬ ਅਲਰਟ ਤੇ ਤਾਂ ਇਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ 7000 ਸਾਮੀਆਂ ਦੀ ਜਿਹੜੀ ਭਰਤੀ ਚੱਲ ਰਹੀ ਹੈ ਤਾਂ ਜਿਹੜੇ ਉਮੀਦਵਾਰ ਰਹਿੰਦੇ ਐ ਤਾਂ ਇਹਨਾਂ ਵੈਕੈਂਸੀ ਲਈ ਅਪਲਾਈ ਜਿਹੜਾ ਕਰ ਸਕਦੇ ਐ ਕਿਉਂਕਿ ਆਖਰੀ ਮਿਤੀ ਨਜ਼ਦੀਕ ਆ ਚੁੱਕੀ ਹੈ ਬਹੁਤ ਘੱਟ ਦਿਨ ਇਸ ਭਰਤੀ ਦੀ ਅਪਲਾਈ ਲਈ ਜਿਹੜੇ ਮਿਲੇ ਸੀ ਤਾਂ ਕਿਹੜੇ ਡਿਪਾਰਟਮੈਂਟ ਵਿੱਚ ਇਹ ਭਰਤੀ ਹੈ ਪੂਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਇਹ ਵੈਕੈਂਸੀਆਂ ਜਿਹੜੀਆਂ ਆਈਆਂ ਨੇ IBPS ਦੇ ਵਿੱਚ ਆਈਆਂ ਨੇ ਸੋ ਜਿਹੜੇ ਉਮੀਦਵਾਰ ਇਹਨਾਂ ਸਾਮੀਆਂ ਲਈ ਅਪਲਾਈ ਕਰਨ ਦੀ ਯੋਗਤਾ ਰੱਖਦੇ ਐ ਤੁਹਾਡੇ ਲਈ ਅਧਿਕਾਰਤ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਆ। ਸੋ ਇਸ ਭਰਤੀ ਲਈ ਰਜਿਸਟ੍ਰੇਸ਼ਨ ਜਿਹੜੀ ਚੱਲ ਰਹੀ ਹੈ ਅਤੇ ਅਰਜੀ ਦੀ ਆਖਰੀ ਮਿਤੀ ਜਿਹੜੀ ਉਹ ਵੀ ਨਜ਼ਦੀਕ ਹੈ। ਸੋ ਇਸ ਤਹਿਤ 7145 ਅਸਾਮੀਆਂ ਤੇ ਜਿਹੜੀ ਭਰਤੀ ਕੀਤੀ ਜਾਣੀ ਹੈ। ਤਾਂ ਇਸ ਭਰਤੀ ਰਾਹੀਂ ਹੈ ਜਿਹੜਾ ਪ੍ਰੋਫੈਸਰ ਜਨਰਲ ਮੈਨੇਜਰ ਰਿਸਰਚ ਐਸੋਸੀਏਟ ਹਿੰਦੀ ਅਫਸਰ ਡਿਪਟੀ ਮੈਨੇਜਰ ਅਕਾਊਂਟ ਦੀਆਂ ਵੈਕੈਂਸੀਆਂ ਜਿਹੜੀਆਂ ਭਰੀਆਂ ਜਾਣਗੀਆਂ। ਅਤੇ ਇਹਨਾਂ ਲਈ ਸਿਰਫ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਇਹਨਾਂ ਦੀ ਵੈਬਸਾਈਟ ਜਿਹੜੀ ਜਰੂਰ ਨੋਟ ਕਰ ਲਿਓ ਸੋ ibps.in ਇਹ ਇਹਨਾਂ ਦੀ ਜਿਹੜੀ ਆਫੀਸ਼ੀਅਲੀ ਵੈਬਸਾਈਟ ਹੈ ਇਸ ਤੇ ਜਾ ਕੇ ਤੁਸੀਂ ਅਪਲਾਈ ਜਿਹੜਾ ਕਰ ਸਕਦੇ ਹੋ ਤਾਂ ਇਹਨਾਂ ਅਸਾਮੀਆਂ ਲਈ ਪ੍ਰੋਸੈਸ ਹੈ ਜਿਹੜਾ 27 ਮਾਰਚ ਤੋਂ ਸ਼ੁਰੂ ਹੋਇਆ ਸੀਗਾ ਸੋ ਆਖਰੀ ਮਿਤੀ ਜਿਹੜੀ 12 April 2024 ਹੈ ਤਾਂ ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਜਿਹੜਾ ਇਹਨਾਂ ਵਕੇਸੀਆਂ ਲਈ ਅਪਲਾਈ ਹੈ ਜਿਹੜਾ ਕਰ ਸਕਦੇ ਹੋ ਸੋ ਇਸ ਤੋਂ ਇਲਾਵਾ ਜਨਰਲ OBC ਅਤੇ EWS ਸ਼੍ਰੇਣੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਲਈ 750 ਰੁਪਏ ਫੀਸ ਹੈ ਅਤੇ ਐਸਸੀ ਐਸਟੀ ਵਰਗ ਲਈ ਸਿਰਫ ਉਹ 450 ਰੁਪਏ ਫੀਸ ਜਿਹੜੀ ਇਹਦੇ ਵਿੱਚ ਰੱਖੀ ਗਈ ਹੈ। ਸੁਵਿਧਾਗਜੋਗਤਾ ਦੀ ਗੱਲ ਕਰੀਏ ਪ੍ਰੋਫੈਸਰ ਦੇ ਅਹੁਦੇ ਲਈ ਪੀ ਐਚ ਡੀ ਉਮੀਦਵਾਰ ਜਿਨ੍ਹਾਂ ਕੋਲ ਘੱਟੋ ਘੱਟ 12 ਸਾਲਾ ਕੰਮ ਦਾ ਤਜਰਬਾ ਹੈ ਉਹ ਅਪਲਾਈ ਕਰ ਸਕਦੇ ਆ ਉਮਰ ਸੀਮਾ 41 ਤੋਂ 55 ਸਾਲ ਦੇ ਵਿਚਕਾਰ ਹੈ। 10 ਸਾਲ ਦੇ ਤਜਰਬੇ ਵਾਲੇ ਬੈਚਲਰ ਜਾਂ ਮਾਸਟਰ ਡਿਗਰੀ ਵਾਲੇ ਉਮੀਦਵਾਰ ਅਸਿਸਟੈਂਟ ਜਨਰਲ ਮੈਨੇਜਰ ਦੇ ਅਹੁਦੇ ਲਈ ਅਪਲਾਈ ਕਰ ਸਕਦੇ ਆ। ਉਹਨਾਂ ਲਈ ਉਮਰ ਸੀਮਾ 35 ਤੋਂ 50 ਸਾਲ ਰੱਖੀ ਗਈ ਹੈ। ਬਾਕੀ ਦੀ ਜਾਣਕਾਰੀ ਜਿਹੜੀ ਇਹਨਾਂ ਨੇ ਜੋ ਤੁਹਾਨੂੰ ਪਹਿਲਾਂ ਵੈਬਸਾਈਟ ਵੈਬਸਾਈਟ ਦਸਤੀ ਹੈ ਉਸ ਤੇ ਜਾ ਕੇ ਲੈ ਸਕਦੇ ਹੋ ਸੋ ਚੋਣਬੀ ਦੀ ਜਿਹੜੀ ਵੱਖਰੀ ਹੈ ਲਿਖਤੀ ਪ੍ਰੀਖਿਆ ਪੇਸ਼ਕਾਰੀ ਸਮੂਹ ਵਿਆਸ ਨਿੱਜੀ ਇੰਟਰਵਿਊ ਹੋਨਰ ਟੈਸਟ ਇਹਦੇ ਹਿਸਾਬ ਨਾਲ ਵੱਖ-ਵੱਖ ਪੋਸਟਾਂ ਦੇ ਹਿਸਾਬ ਨਾਲ ਤੁਹਾਡੀ ਚੋਣ ਹੈ ਜਿਹੜੀ ਇਸ ਭਰਤੀ ਲਈ ਕੀਤੀ ਜਾਊਗੀ ਸੋ ਜਿਹੜੇ ਵੀ ਉਮੀਦਵਾਰ एलिਜੀਬਲ ਨੇ ਇੰਟਰਸਟਿਡ ਨੇ ਯੋਗਤਾ ਰੱਖਦੇ ਆ ਅਪਲਾਈ ਕਰਨਾ ਚਾਹੁੰਦੇ ਆ ਤਾਂ 12 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਇਹਨਾਂ ਵੈਕੈਂਸੀ ਲਈ ਅਪਲਾਈ ਜਿਹੜਾ ਕਰ ਸਕਦੇ ਆ ਸੋ ਅੱਗੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਧੰਨਵਾਦ